ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਪ੍ਰੀਤ ਸਿੰਘ। ਮੈਂ ਪ੍ਰਿੰਸਦੀਪ ਸਿੰਘ ਜੀ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਆਏ ਹਾਂ ਜੀ ਉਸ ਥਾਂ 'ਤੇ ਜਿਸ ਥਾਂ 'ਤੇ ਵਜ਼ੀਰ ਖਾਨ ਦੇ ਹੋਏ ਭੇਜੇ ਹੋਏ ਮੁਗਲ ਸੈਨਿਕ ਦੁਆਰਾ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮਲਾ ਕੀਤਾ ਗਿਆ ਸੀ। ਆਓ ਆਪਾਂ ਇਸ ਥਾਂ ਦੇ ਇਤਿਹਾਸ ਬਾਰੇ ਜਾਣੀਏ, ਇਸ ਥਾਂ ਦੇ ਦਰਸ਼ਨ ਕਰੀਏ ਜੀ। ਆਓ ਚੱਲਦੇ ਹਾਂ ਆਪਾਂ ਜੀ ਅੰਦਰ ਨੂੰ ਜੀ। ਜਦੋਂ ਤੁਸੀਂ ਗੇਟ ਨੰਬਰ 3 ਤੋਂ ਐਂਟਰ ਹੁੰਦੇ ਹੋ ਜੀ ਤਾਂ ਤੁਹਾਨੂੰ ਇੱਥੇ ਵਹੀਕਲ ਪਾਰਕ ਕਰਨ ਦੀ ਸੁਵਿਧਾ ਵੀ ਮਿਲਦੀ ਹੈ ਜੀ। ਇੱਥੇ ਅਸੀਂ ਆਪਣਾ ਵਹੀਕਲ ਪਾਰਕ ਕਰ ਸਕਦੇ ਹਾਂ ਜੀ। ਇੱਥੇ ਰਿਹਾਇਸ਼ ਲਈ ਕਮਰੇ ਵੀ ਮਿਲਦੇ ਹਨ ਜੀ ਸਾਹਮਣੇ, ਤੁਸੀਂ ਉੱਥੇ ਰਿਹਾਇਸ਼ ਲਈ ਕਮਰੇ ਲੈ ਸਕਦੇ ਹੋ ਜੀ। ਜੇਕਰ ਤੁਸੀਂ ਪ੍ਰਸ਼ਾਦਾ ਛਕਣਾ ਹੋਵੇ ਤਾਂ ਇੱਥੇ ਪ੍ਰਸ਼ਾਦਾ ਵੀ ਛਕ ਸਕਦੇ ਹੋ ਜੀ। ਇਹ ਹੈ ਜੀ ਗੇਟ ਨੰਬਰ 3 ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਦਾ ਜੀ। ਇਹ ਹੈ ਜੀ ਜੋੜਾ ਘਰ। ਇੱਥੇ ਆਪਾਂ ਪਹਿਲਾਂ ਜੋੜਾ ਜਮ੍ਹਾਂ ਕਰਵਾ ਦਿੰਦੇ ਹਾਂ, ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ ਸਾਹਿਬ, ਸਾਬੋ ਕੀ ਤਲਵੰਡੀ ਹੁੰਦੇ ਹੋਏ ਇਸ ਸਥਾਨ ਉੱਤੇ ਪੁੱਜੇ ਸਨ ਜੀ। ਇੱਥੇ ਉਹਨਾਂ ਨੇ ਮਹਾਂ ਸਿੰਘ ਅੱਗੇ 40 ਸਿੰਘਾਂ ਦਾ ਜੋ ਉਹਨਾਂ ਵਿਦਾਵਾ ਦਿੱਤਾ ਸੀ ਉਹਨੂੰ ਪਾੜਿਆ ਸੀ ਜੀ। ਇਹ ਹੈ ਜੀ ਪਵਿੱਤਰ ਸਰੋਵਰ ਸਾਹਿਬ ਜੀ, ਜੋ ਕਿ ਉਸ ਘਟਨਾ ਦੇ ਸੰਦਰਭ ਵਿੱਚ ਬਣਾਇਆ ਗਿਆ ਜੀ। ਇਸ ਗੁਰਦੁਆਰਾ ਸਾਹਿਬ ਦੇ ਨਾਮ 250 ਕਿੱਲਾ ਹੈ ਜੀ, ਜੋ ਕਿ ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ ਲਗਵਾਇਆ ਸੀ ਜੀ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਗੱਲ ਦੇਖੋ ਤੁਸੀਂ ਅਨੰਦਪੁਰ ਸਾਹਿਬ ਤੋਂ ਚੱਲੇ ਨੇ, ਜਿਹੜੇ 40 ਸਿੰਘ ਸੀਗੇ ਇਹ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਆ ਗਏ ਸੀ ਅਨੰਦਪੁਰ ਸਾਹਿਬ ਤੋਂ, ਅਤੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਇਸ ਸਥਾਨ 'ਤੇ ਆਏ ਨੇ। ਰਾਹ ਦੇ ਵਿੱਚ ਪਾਤਸ਼ਾਹ ਨੂੰ ਬਹੁਤ ਜ਼ਿਆਦਾ ਔਕੜਾਂ ਆਈਆਂ ਨੇ, ਗੜੀ ਆਈ ਆ ਚਮਕੌਰ ਦੀ, ਫਿਰ ਮਾਛੀਵਾੜਾ ਸਾਹਿਬ ਦੇ ਜੰਗਲ ਦੇ ਵਿੱਚ ਗਏ ਨੇ 10ਵੇਂ ਪਾਤਸ਼ਾਹ, ਉੱਥੇ ਪਏ ਨੇ ਹੈ ਨਾ, ਅਤੇ ਜਿਹੜਾ ਉਹ ਵਿਦਾਵਾ ਸੀ 10ਵੇਂ ਪਾਤਸ਼ਾਹ ਨੇ ਕਮਰ ਕੱਸੇ ਦੇ ਵਿੱਚ ਪਾ ਕੇ ਰੱਖਿਆ ਸੀ ਜੀ, ਅਤੇ ਉਹਨੂੰ ਨਾ ਤਾਂ ਸਰਸਾ ਦੇ ਵਿੱਚ ਭੇਜਣ ਦਿੱਤਾ ਆ ਜੀ, ਅਤੇ ਨਾ ਉਸ ਵਿਦਾਵੇ ਨੂੰ ਕੁਛ ਹੋਣ ਦਿੱਤਾ ਜੀ। ਉਹ ਵਿਦਾਵਾ ਪਾਤਸ਼ਾਹ ਨੇ ਇਸ ਅਸਥਾਨ ਦੇ ਉੱਤੇ ਆ ਕੇ ਜੀ ਪਾੜਿਆ ਸੀਗਾ ਜੀ। ਇਹ ਉਹ ਅਸਥਾਨ ਆ ਜੀ, ਬਹੁਤ ਵੱਡੀ ਕੁਰਬਾਨੀ ਆ ਸਾਡੇ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀ। ਆ ਜਾਓ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਜੀ, ਦਰਸ਼ਨ ਕਰਦੇ ਹਾਂ ਜੀ। ਸਰੋਵਰ ਸਾਹਿਬ ਦੇ ਦੱਖਣ ਦੇ ਵਿੱਚ ਸੁਸ਼ੋਭਿਤ ਆ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜੀ। ਇਹ ਉਹ ਜਗ੍ਹਾ ਜਿੱਥੇ ਜੀ 40 ਮੁਕਤੇ ਸ਼ਹੀਦ ਹੋਏ ਸੀ, ਜੰਗ ਹੋਈ ਸੀ ਉਰੇ ਜੀ। ਇਸ ਸਰੋਵਰ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਰਨੈਲ ਦੀਵਾਨ ਸਿੰਘ, ਮੌਕਮ ਚੰਦ ਅਤੇ ਹਰੀ ਸਿੰਘ ਨਲੂਆ ਜੀ ਨੇ ਜੀ ਇਹਦੀ ਸੇਵਾ ਕਰਵਾਈ ਸੀ ਜੀ। ਆ ਜਾਓ ਚੱਲਦੇ ਹਾਂ ਆਪਾਂ ਜੀ। ਉਹ ਸਾਹਮਣੇ ਤੋਂ ਚੱਲੇ ਸੀਗੇ, ਉੱਥੇ ਆ ਗੇਟ ਨੰਬਰ 3, ਫਿਰ ਇਸ ਜਗ੍ਹਾ ਆਉਂਦਾ 4 ਨੰਬਰ ਗੇਟ ਜੀ, ਫਿਰ ਉਹ ਸਾਹਮਣੇ ਗੇਟ ਨੰਬਰ 5 ਆ ਜੀ, ਅਤੇ ਆ ਆਇਆ ਜੀ ਗੇਟ ਨੰਬਰ 6 ਜੀ। ਯਾਨੀ ਗੁਰਦੁਆਰਾ ਸਾਹਿਬ ਦੇ ਆਉਣ ਨੂੰ ਜੀ ਵੱਖ ਵੱਖ ਰਸਤੇ ਨੇ, ਕਈ ਰਾਹ ਨੇ ਗੁਰਦੁਆਰਾ ਸਾਹਿਬ ਦੇ ਆਉਣ ਨੂੰ ਅੰਦਰ ਜੀ। ਕਿਸੇ ਵੀ ਗੇਟ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਸਕਦੇ ਹੋ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਦੇ ਘਰ ਜੀ, ਜਿੱਥੋਂ ਆਪਾਂ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਜੋ ਕਿ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਜੀ। ਸੰਖੇਪ ਇਤਿਹਾਸ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜੀ, ਇਹ ਨੇ ਜੀ 40 ਮੁਕਤਿਆਂ ਦੇ ਨਾਮ ਜੀ।
ਇਹਨਾਂ ਦੀ ਸਕਰੀਨਸ਼ਾਟ ਲੈ ਸਕਦੇ ਹੋ। ਗੁਰਪੁਰਬ ਅਤੇ ਇਤਿਹਾਸਿਕ ਦਿਹਾੜੇ ਜੀ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਨੇ ਜੀ ਇਹ 2023 ਅਤੇ 2024 ਦੇ ਜੀ। ਆਓ ਚੱਲਦੇ ਹਾਂ ਜੀ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ ਜੀ। जब धर मरियम कहया हर भूले ਇਹ ਹੈ ਜੀ ਉਹ ਦਰਖਤ ਜਿਹਦੇ ਨਾਲ ਦਸਵੇਂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀ ਜੀ। ਅੱਜ ਵੀ ਦੇਖੋ ਪੂਰਾ ਹਰਿਆ ਭਰਿਆ ਦਰਖਤ ਆ ਜੀ। ਇਸ ਸਥਾਨ ਤੇ ਦਸਵੇਂ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦੀ ਦੇ ਵਿੱਚ ਲਿਆ ਜੀ, ਆਪਣੇ ਹਜ਼ੂਰੀਏ ਨਾਲ ਉਸਦਾ ਮੁੱਖ ਸਾਫ ਕੀਤਾ ਅਤੇ ਜਿਹੜਾ ਉਹ ਬਦਾਵਾ ਲਿਖਿਆ ਸੀ ਇਸ ਜਗ੍ਹਾ 'ਤੇ ਪਾਤਸ਼ਾਹ ਨੇ ਜੀ ਉਹ ਬਦਾਵਾ ਪਾੜਿਆ। ਟੁੱਟੀ ਗੰਢੀ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀ ਆਪਣੇ ਪਰਿਵਾਰ ਸਮੇਤ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਇਸ ਸਥਾਨ 'ਤੇ ਆਓ, ਦਰਸ਼ਨ ਕਰੋ ਜੀ ਇਸ ਸਥਾਨ ਦੇ। ਪਾਤਸ਼ਾਹ ਨੇ ਆਖਰੀ ਜੰਗ ਇਸ ਜਗ੍ਹਾ ਖਿਦਰਾਣੇ ਦੀ ਢਾਬ ਉੱਤੇ ਕੀਤੀ ਸੀ। ਪਾਤਸ਼ਾਹ ਨੇ 14 ਜੰਗਾਂ ਕੀਤੀਆਂ ਨੇ ਅਤੇ 14 ਦੀਆਂ 14 ਜੰਗਾਂ ਜਿੱਤੀਆਂ ਸੀ ਜੀ। ਆਪਾਂ ਸਭ ਨੇ ਮਿਲ ਕੇ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ, ਅਤੇ ਆਪਾਂ ਉਸ ਦਰਖਤ ਦੇ ਵੀ ਦਰਸ਼ਨ ਕਰ ਲਏ ਜੀ ਜਿਸ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਜੀ। ਆਓ ਆਪਾਂ ਚੱਲਦੇ ਹਾਂ ਅਗਲੇ ਸਥਾਨ ਵੱਲ ਨੂੰ ਜੀ। ਆਓ ਚੱਲੀਏ ਜੀ, ਆਓ ਜੀ ਹੁਣ ਆਪਾਂ ਸਾਰੇ ਮਿਲ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਤੰਬੂ ਸਾਹਿਬ ਜੀ ਅਤੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਜੀ, ਅਤੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਇਹ ਉਹ ਸਥਾਨ ਹੈ ਜੀ ਜਿੱਥੇ ਸਿੰਘਾਂ ਨੇ ਮੁਗਲਾਂ ਦੀ ਫੌਜਾਂ ਆਉਂਦੀਆਂ ਦੇਖ ਕੇ ਝਾੜੀਆਂ ਨਾਲ ਆਪਣੇ ਕਛਹਿਰੇ ਤਾਣ ਦਿੱਤੇ ਸਨ ਜੀ, ਜਿਸ ਨਾਲ ਮੁਗਲ ਫੌਜਾਂ ਨੂੰ ਤੰਬੂ ਲੱਗੇ ਦੇਖ ਕੇ ਬਹੁਤ ਹੀ ਸਿੱਖ ਫੌਜ ਹੋਣ ਦਾ ਅਨੁਮਾਨ ਹੋਵੇ ਜੀ। ਇਸ ਸਥਾਨ ਨੂੰ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਕਿਹਾ ਜਾਂਦਾ ਹੈ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਦਸਵੇਂ ਪਾਤਸ਼ਾਹ ਨੇ ਵੀ ਇਸ ਸਥਾਨ ਦੇ ਉੱਤੇ ਆਪਣਾ ਤੰਬੂ ਲਾਇਆ ਸੀਗਾ ਜੀ। ਇਹ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੀ, ਜਿਸ ਦਾ ਸਕਰੀਨਸ਼ਾਟ ਲੈ ਕੇ ਅਸੀਂ ਪੜ੍ਹ ਸਕਦੇ ਹਾਂ। ਇਸ ਜਗ੍ਹਾ 'ਤੇ ਸਿੱਖਾਂ ਦਾ ਕੈਂਪ ਸੀ ਜੀ। ਇੱਥੇ ਹੀ ਸਿੱਖਾਂ ਨੇ ਦੁਸ਼ਮਣਾਂ ਦੀ ਫੌਜ ਨੂੰ ਭੁਲੇਖਾ ਪਾਉਣ ਲਈ ਢਾਬ ਦੇ ਕੰਢੇ ਉੱਤੇ ਉੱਗੀਆਂ ਝਾੜੀਆਂ 'ਤੇ ਆਪਣੇ ਬਸਤਰ ਪਾ ਦਿੱਤੇ ਸਨ ਜੀ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ ਜੀ। ਅੱਜ ਚੱਲਦੇ ਹਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਅੰਦਰ ਤੋਂ ਜੀ। ਮਾਤਾ ਭਾਗ ਕੌਰ ਜੀ 40 ਸਿੰਘਾਂ ਨੂੰ ਪ੍ਰੇਰ ਕੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਲੈ ਕੇ ਆਏ ਸਨ ਜੀ, ਅਤੇ ਮਾਤਾ ਭਾਗ ਕੌਰ ਜੀ
मैदानी जंग विच 40 सिंघां तों अगे हो के लड़े सन जी। ये जी इतिहास है माता भाग कौर जी झबाल दे रहन वाले। ये सोहना उच्चा निशान साहिब झूलदा होया जी। ये स्थान उन्हां दी याद विच बनिया होया जी अते यह गुरुद्वारा श्री तंबू साहिब दे नाल बनिया होया जी। आपा सब ने मिल के इस स्थान के दर्शन कर लेने जी। आओ हुण आपा चलते हाँ अगले स्थान वल नूं जी। जेकर वीडियो वधिया लग रही है तो वीडियो लाइक कर दो, चैनल सबसक्राइब कर दो, बैल आइकन दबना ना भुलिया करो जी। सिख धर्म का जी ये पहला सिद्धांत आ, नाम जपो, किरत करो तो वंड के छको। सिख धर्म का मुढ़ला सिद्धांत आ, ये तो चलना चाहिए हर एक गुरसिख नूं जी। आपा सब ने मिलके इस स्थान के दर्शन कर लेने जी। हुण आपा चलते हाँ उस स्थान वल जी जिस जगह पर वजीर खां वल्लों भेजे हुए मुगल सैनिक ने पातशाह उत्ते हमला किया सी जी। वीडियो लंबी होने करके आपां उस स्थान नूं अगले वीडियो दे विच कवर करांगे जी। वाहिगुरू जी का खालसा, वाहिगुरू जी की फतेह जी। बने रहो साडे नाल अगली वीडियो दे विच जी।